ਹੈਲੋ ਮੇਰਾ ਨਾਮ ਭਾਈ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਦੇ ਚਰਨ ਦਾ ਜੱਟ ਹੈਗਾ ਸਾਡਾ ਹੈਗਾ ਇੱਕ ਪਿਤਾਮ ਬਾਰੇ ਕੁਛ ਕੇ ਤਦ ਆਦਮੀ ਸਿੱਖ ਬਣਦਾ ਹੈਗਾ ਪਹਿਲਾਂ ਆਪਣੇ ਕੱਚੇ ਪਿਓ ਦਾ ਬਣੇ ਅਤੇ ਜਦੋਂ ਮੈਂ ਕਿਹਾ ਮੈਂ ਪੰਡੋਰੀ ਨਿੱਜਰ ਦਾ ਜੱਟ ਹੈਗਾ ਮੈਂ ਆਪਣੀ ਜਾਤੀ ਵਾਸੀ ਦੱਸੀ ਮੈਂ ਹਿੰਦੂ ਬਣ ਗਿਆ ਜਿਹੜਾ ਆਪਣਾ ਹੋਂਦ ਦੱਸੇ ਜਿੰਨਾ ਚਿਰ ਆਦਮੀ ਹਿੰਦੂ ਨਹੀਂ ਬਣਦਾ ਸਿੱਖ ਨਹੀਂ ਬਣ ਸਕਦਾ ਅਤੇ ਸਿੱਖ ਹੈਗਾ ਉਹਨੇ ਪੱਕੇ ਪਿਓ ਦਾ ਬਣਨਾ ਕੱਚਾ ਪਿਓ ਹੈਗਾ ਆ ਕੱਚਾ ਪਿਓ ਹੈਗਾ ਪੱਕਾ ਪਿਓ ਰੂਹ ਦਾ ਹੈਗਾ ਜਿਹੜਾ ਮੇਰੇ ਅੰਦਰ ਹੈਗਾ ਅਤੇ ਇੱਥੇ ਮੈਂ ਕਰ ਰਿਹਾ ਹੈਗਾ ਸਤਿਗੁਰੂ ਅਰਜਨ ਦੇਵ ਜੀ ਸਲੋਕ ਜਿਹੜੇ ਕਿ ਚਿੱਤ ਬਿਰਤੀ ਦੇ ਸਿੱਖ ਸਨ ਦੱਸਿਆ ਨਾ ਲੋਕੀ ਜਾਤਾਂ ਦੇ ਆਉਂਦੇ ਕੋਈ ਚੂੜਾ ਚਮਾਰ ਕੋਈ ਖੱਤਰੀ ਸਤਿਗੁਰੂ ਅੰਗਦ ਦੇਵ ਜੀ ਕੋਲ ਆਉਂਦੇ ਉਹਨਾਂ ਦੀ ਜਾਤੀ ਜੀ ਹੋਮੇ ਪਾਉਂਦੇ ਨੇ ਕੁਸ਼ਤੀਆਂ ਕਰਵਾਉਂਦੇ ਸੀ ਉਹ ਹੋਮੇ ਪਾਉਂਦੇ ਅਤੇ ਉਹਨੂੰ ਹੋਮੇ ਨੂੰ ਜਲਾਇਆ ਇਹਨਾਂ ਨੇ ਇਹਨਾਂ ਕੋਲ ਕਿਲਨ ਹੈਗਾ ਨਾਮ ਦਾ ਕਿਲਨ ਉਹਦੇ ਨਾਲ ਜਲਾਇਆ ਉਹਨਾਂ ਨੂੰ ਆਪਣੇ ਸੱਚੇ ਪਿਓ ਦਾ ਯਾਦ ਕਰਾਇਆ ਪਾਰਬ੍ਰਹਮ ਨੂੰ ਕਿ ਸਾਰੇ ਇੱਕੋ ਪਾਰਬ੍ਰਹਮ ਦੇ ਪੁੱਤਰ ਹੈਗੇ ਹੈ ਇਸ ਕਰਕੇ ਇਹਨਾਂ ਨੂੰ ਸਿੱਖੀ ਦਾ ਧੁਰਾ ਕਹਿੰਦੇ ਨੇ ਫਿਰ ਉਹਨਾਂ ਸਤਿਗੁਰੂ ਅਮਰ ਦੇਵੀ ਰਥ ਫੜਾਏ ਉਹਨਾਂ ਨੇ ਬਾਲੜੀਆਂ ਨੂੰ ਨਵੇਂ ਨਵੇਂ ਜਿਹੜੇ ਸੁੱਤੇ ਵਾਲੇ ਸੀ ਉਹਨਾਂ ਨੂੰ ਦੁੱਧਾਂ ਤੇ ਪਹੁੰਚਾਇਆ ਵੀ ਦੁੱਧਾਂ 'ਚ ਵੀ ਨਾ ਫਸ ਜਾਏਗੇ ਫਿਰ ਉਹ ਗਏ ਆਪਣੇ ਜਿਹੜੇ ਪਕਸ਼ੀਲ ਸਰਦਾਰ ਗੁਰਮੁਖ ਇਹ ਹੈਗੇ ਸਨਮੁਖ ਬੇਮੁਖ ਸਨਮੁਖ ਅਤੇ ਗੁਰਮੁਖ ਗੁਰਮੁਖ ਜਿਹੜੇ ਸੀਗੇ ਦੋ ਅਰਫ ਹੈ ਨਾ ਗੁਰ ਅਤੇ ਮੁੱਖ ਉਹ ਗੁਰ ਨਾਲ ਬੋਲਦੇ ਗੁਰ ਹੁੰਦਾ ਢੰਗ ਢੰਗ ਕੀ ਹੈਗਾ ਲੋਜੀਕਲ ਰੀਜਨਿੰਗ ਉਹ ਲੋਜੀਕਲੀ ਬੋਲਦੇ ਨੇ ਆਲਪਤਾਲ ਨਹੀਂ ਬੋਲਦੇ ਅਤੇ ਗੁਰਮੁਖ ਜਿਹੜੇ ਕਹਿੰਦੇ ਇਹਨਾਂ ਦੀ ਮੋਹ ਭਰਿਆ ਫਿਰ ਸਤਿਗੁਰੂ ਰਾਮਦਾਸ ਜੀ ਨੇ ਫਿਰ ਪਾਇਆ ਪ੍ਰਭ ਅਭਿਲਾਸ਼ੀ ਚਾਰ ਨਾਮ ਹੈ ਨਾ ਪਹਿਲੀ ਨਾਮ ਦੂਜੀ ਨਾਮ ਤੀਜੀ ਨਾਮ ਅਤੇ ਚੌਥੀ ਨਾਮ ਪਾਇਆ ਪ੍ਰਭ ਅਭਿਲਾਸ਼ੀ ਸਤਿਗੁਰੂ ਅਰਜਨ ਦੇਵ ਜੀ ਨੇ ਅਤੇ ਇਹ ਚਿੱਤ ਬਿਰਤੀ ਦੇ ਸਿੱਖ ਸਨ ਹੋਮੇ ਮਨ ਬੁੱਧੀ ਦੇ ਚਿੱਤ ਬਿਰਤੀ ਅਤੇ ਇਹ ਨਾਨਕ ਦਾ ਦਰਜਾ ਤਾਂ ਇਹਨਾਂ ਦਾ ਇੱਕੋ ਸੀਗਾ ਅਤੇ ਇੱਥੇ ਮੈਂ ਕਰ ਉਹਨਾਂ ਦਾ ਸਲੋਕ ਪੜ੍ਹਨਾ ਹੈਗਾ 706 ਪੌੜੀ ਜੀਓ ਪ੍ਰਾਣ ਤਨ ਧਨ ਦੀਆ ਜੀਓ ਜੀ ਮੈਂ ਜਿਹੜੀ ਰੂਹ ਹੋਈ ਆਹ ਜਿਹੜਾ ਹੈਗਾ ਬ੍ਰਹਮ ਦਾ ਹੈਗਾ ਇਹ ਭਾਂਡਾ ਹੈਗਾ ਭਾਂਡੇ ਦੇ ਵਿੱਚ ਜਿਹੜੀ ਰੂਹ ਪਾਈ ਨਾ ਉਹ ਫਾਰ ਬ੍ਰਹਮ ਦੇਗੀ ਉਹ ਜੀਵ ਹੈਗਾ ਜੀਓ ਪ੍ਰਾਣ ਤਨ ਆਹ ਤਨ ਜਿਹੜਾ ਸੱਚਿਆ ਧਨ ਹੈਗਾ ਜਿਹੜਾ ਨਾਮ ਦਾ ਤਨ ਇਹ ਪੈਰ ਆਹ ਤਨ ਨਹੀਂ ਨਾਮ ਦਾ ਤਨ ਦੀਆ ਦੀਨੇ ਰਸ ਭੋਗ ਉਹਨੇ ਨਾਮ ਦੇ ਤਨ 'ਚ ਤੁਸੀਂ ਨਾ ਰਸ ਭੋਗੇ ਨੇ ਇਹ ਖਾਣ ਵਾਲੇ ਨਹੀਂ ਰਸ ਰਸਗੁੱਲੇ ਇਹ ਨਹੀਂ ਹੈਗੇ ਰਸ ਹੈਗੇ ਕੰਨ ਦਾ ਰਸ ਗ੍ਰਹਿ ਮੰਦਰ ਗ੍ਰਹਿ ਮੰਦਰ ਆ ਜਿਹੜਾ ਘਰ ਹੀ ਹੈਗਾ ਹਰਿਮੰਦਰ ਹੈਗਾ ਇਹ ਮੰਦਰ ਹੁੰਦਾ ਇੱਟਾਂ ਦਾ ਬਣਿਆ ਜਿਹੜਾ ਉਹ ਹੁੰਦਾ ਪੁਜਾਰੀ ਉਹਦੇ ਬੈਠਾ ਬਾਹਮਣ ਇਹ ਹੈਗਾ ਹਰਿਮੰਦਰ ਹਰਿਮੰਦਰ ਦੇ ਵਿੱਚ ਹਰ ਹੈਗਾ ਹਰ ਅੰਦਰ ਹੈਗਾ ਇਸ ਕਰਕੇ ਗੁਣ ਦਾ ਕਹੋ ਹਰ ਦੇ ਮਨ ਜਿਨ ਵਸਾਏ ਹਰ ਹੈਗਾ ਹਰੀ ਨਹੀਂ ਹੈਗਾ ਇਹ ਗਲਤ ਲਿਖਿਆ ਪੋਥੀਆਂ ਪੋਥੀਆਂ 'ਚ ਅਤੇ ਇਹ ਜਿਹੜੀ ਪੋਥੀ ਪੜ੍ਹਿਆ ਉੱਥੇ ਖਾਰੀ ਹੈਗੀ ਹੈ ਅਤੇ ਪੂਰੀ ਜਾਣਕਾਰੀ ਦੀ ਪ੍ਰੋਫੈਸਰ ਜੋਤ ਸਿੰਘ ਦੀ ਲਿਖੀ ਕਿਤਾਬ ਕਰਤਾਰਪੁਰੀ ਬੀੜ ਦੇ ਦਰਸ਼ਨ ਉਹ ਪੜ੍ਹੋ ਪਤਾ ਲੱਗੇਗਾ ਵੀ ਇਹਦੇ 'ਚ 200-300 ਸਫ਼ਰ ਸਾਫ਼ ਕੀਤਾ ਹੈਗਾ ਇਹ ਅੱਤ ਖਾਰੀ ਬੀੜ ਹੈਗੀ ਜਿਹੜੀ ਪੜ੍ਹਦੇ ਗੁਰਦੁਆਰੇ 'ਚ ਗ੍ਰਹਿ ਮੰਦਰ ਰਸਤ ਅਸ ਅਸੂ ਦੀਏ ਉਹਦੇ ਜਦੋਂ ਆਦਮੀ ਨਾ ਉਹਨੂੰ ਬਾਣੀ ਦੀ ਸਮਝ ਆਉਂਦੀ ਨਾ ਜਦੋਂ ਬਾਣੀ ਦੀ ਸਮਝ ਆ ਉਹਨੂੰ ਕਹਿੰਦੇ ਗੋਸਪਲ ਗੁੱਡ ਨਿਊਜ਼ ਉਦੋਂ ਉਹਨੂੰ ਪੁੱਛਣਾ ਚਾਹੀਦਾ ਵੀ ਕਿੱਥੇ ਬੈਠਾ ਹੋ ਉਦੋਂ ਉਹ ਕਰਦਾ ਹੈਗਾ ਆਪਣੇ ਘੋੜਿਆਂ ਦੇ ਅਤੇ ਹਾਥੀਆਂ ਦੀ ਸਵਾਰੀ ਕਰਦਾ ਹੈਗਾ ਇੰਨਾ ਉਹਨੂੰ ਖੁਸ਼ੀ ਹੁੰਦੀ ਜਿੰਨਾ ਕਿ ਆਦਮੀ ਉਹਦੀ ਸਵਾਰੀਆਂ ਕਰਕੇ ਖੁਸ਼ੀ ਹੁੰਦੀ ਹੈਗੀ ਰਸ ਅਸ ਦੀਏ ਉਹਨੇ ਸਾਰੇ ਘੋੜੇ ਵੀ ਦਿੱਤੇ ਜੜਾਓ ਦੀਏ ਰਚ ਭਲੇ ਸੰਯੋਗ
ਤੇ ਉਹਨੇ ਸੰਯੋਗ ਵੀ ਚੰਗੇ ਬਣਾਏ ਤੁਹਾਨੂੰ ਜਿਹੜੇ ਜਿਹਨਾਂ ਨੂੰ ਤੁਸੀਂ ਸਿੱਖਿਆ। ਜੇ ਸੰਯੋਗ ਹੋਣਗੇ ਤਾਂ ਸਿੱਖੋਗੇ, ਜੇ ਤੁਸੀਂ ਡਾਕੂਆਂ ਅਤੇ ਚੋਰਾਂ ਦੀ ਕੰਪਨੀ 'ਚ ਜਾਓਗੇ ਤਾਂ ਉਹਨਾਂ ਦੇ ਸਿੱਖੋਗੇ ਜੋ ਉਹ ਕਰਦੇ ਨੇ। ਇਸ ਕਰਕੇ ਉਹ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਤੋਂ ਅਸੀਂ ਸਿੱਖੇ ਹੈਗਾ ਉਹ ਸੁਰਤ ਬਣਤਾ ਸਾਜਨ ਦੇਸ਼ ਸੇਵਕ ਸੁਤ ਹੁੰਦਾ ਪੁੱਤਰ ਬਣਤਾ ਹੈਗੀ ਤੀਵੀਂ ਅਤੇ ਸਾਜਨ ਆਪਣੇ ਭਾਈ ਜਿਹੜੇ ਸੇਵਕ ਦੀ ਹੈ ਉਹ ਜਿਹੜੇ ਇੱਕ ਦੂਜੇ ਦੀ ਸੇਵਾ ਕਰਦੇ ਨੇ। ਜਿਹੜਾ ਸਿੱਖ ਹੁੰਦਾ ਸੇਵਕ ਜਿਹੜਾ ਭਾਈ ਘਨੱਈਆ ਸੀ ਉਹ ਸਿੱਖ ਸੀਗਾ, ਖਾਲਸਾ ਆਪਣੇ ਕੰਮ ਕਰਦਾ ਸੀ ਉਹ ਸਿੱਖੀ ਦਾ ਸਿੱਖੀ ਕਮਾਉਂਦਾ ਸੀ ਸੇਵਕ ਦੇ ਉਹ ਵਿਚਕਰਿਆ ਦੇ ਬਿਨਾਂ ਹੀ ਉਹਨੂੰ ਸਾਰੇ ਇੱਕੋ ਹੀ ਜੋਤ ਨਜ਼ਰ ਆਉਂਦੀ ਸੀਗੀ। ਸੇਵਕ ਦੀ ਇਹ ਪ੍ਰਭ ਦੇਵਨ ਯੋਗ ਉਹ ਪ੍ਰਭ ਜਿਹੜਾ ਉਹ ਸਾਰ ਉਹ ਦੇ ਨਾਲ ਹੈਗਾ ਤੁਹਾਨੂੰ ਸਾਰੀਆਂ ਚੀਜ਼ਾਂ ਇਹ ਉਹ ਜੇ ਸੰਯੋਗ ਨਾਲ ਰੂਹਾਂ ਦੇ ਮੇਲੇ ਹੁੰਦੇ ਨੇ। ਹਰ ਸਿਮਰਤ ਤਨ ਮਨ ਹਰਿਆ ਲੈ ਜਾਹੇ ਵਯੋਗ, ਹਰ ਸਿਮਰਨ ਨਾਲ ਤਨ ਮਨ ਜਿਹੜਾ ਉਹ ਬੜਾ ਖੁਸ਼ ਹੁੰਦਾ ਹੈਗਾ, ਹਰਿਆ ਭਰਿਆ ਰਹਿੰਦਾ ਹੈਗਾ। ਜਿੱਦਾਂ ਖੇਤੀ ਜਿਹੜੀ ਮਨ ਦੀ ਖੇਤੀ ਜੀ ਉਹ ਹਰੀ ਭਰੀ ਰਹਿੰਦੀ ਜੀ। ਲੈ ਜਾਹੇ ਵਯੋਗ, ਵਯੋਗ ਹੁੰਦਾ ਵੀ ਜਦੋਂ ਜ਼ਿਮੀਂਦਾਰ ਦੇ ਕਈ ਗੜੇ ਪੈ ਜਾਂਦੇ ਨਾ, ਖੇਤੀ ਪੱਕੀ ਹੁੰਦੀ ਹੈ ਕਣਕ ਉੱਪਰੋਂ ਗੜੇ ਪੈ ਕੇ ਉਹ ਖੇਤੀ ਨੂੰ ਨਾਸ਼ ਕਰ ਦਿੰਦੇ ਨਾ, ਉਹ ਵਯੋਗ ਹੈਗਾ ਉਹ। ਅਤੇ ਇਹ ਜਿਹੜਾ ਹੈਗਾ ਲੈ ਜਾਏ ਵਯੋਗ, ਉਹ ਵਯੋਗ ਲੱਥ ਜਾਂਦਾ ਹੈਗਾ, ਉਹ ਆਦਮੀ ਖੁਸ਼ੀ ਖੁਸ਼ੀ 'ਚ ਆਪਣੇ ਘਰ ਜਾਂਦਾ। ਜਿਹੜੀ ਫਸਲ ਡਿੱਗੀ ਜਿਹੜੀ ਪਕਾਉਣੀ ਆਪਾਂ ਉਹ ਫਸਲ ਖੁਸ਼ੀ ਨਾਲ ਪੱਕ ਜਾਂਦੀ ਹੈਗੀ, ਯਾਨੀ ਕਿ ਤੁਹਾਨੂੰ ਮਨ ਚਿੰਦਿਆ ਫਲ ਮਿਲ ਜਾਂਦਾ ਹੈਗਾ। ਸਾਧ ਸੰਗ ਹਰ ਗੁਣ ਰਹਿਮ ਰਮਿਓ ਬਿਨਸੇ ਸਭੇ ਰੋਗ। ਸਾਧ ਸੰਗ ਸਾਧ ਹੁੰਦੇ ਨੇ, ਸਾਧ ਸੰਗ ਜਿਹੜੇ ਹੁੰਦੇ ਨੇ ਉਹਨਾਂ ਨੇ ਦੁਨੀਆਂ ਛੱਡੀ ਹੁੰਦੀ ਹੈ, ਉਹ ਮਾਇਆ ਤੋਂ ਰਹਿਤ ਹੁੰਦੇ ਨੇ। ਅਤੇ ਜੇ ਸਾਧੂ ਦੀ ਪ੍ਰੀਖਿਆ ਕਰਨੀ ਹੋਵੇ ਨਾ, ਉਹਨੂੰ ਤੁਸੀਂ 50 ਰੁਪਈਏ ਦਾ 100 ਰੁਪਈਏ ਦਾ ਨੋਟ ਦੇ ਦਿਓ, ਅਤੇ ਜੇ ਉਹਨੇ ਫੜ ਕੇ ਤਾਂ ਬੋਝੇ 'ਚ ਪਾ ਲਿਆ ਉਹ ਸਾਧ ਨਹੀਂ ਹੈਗਾ, ਕਸਾਧ ਹੈਗਾ, ਉਹ ਭਗਵੇਂ ਕੱਪੜੇ ਪਖੰਡੀ ਹੈਗਾ, ਉਹ ਭਗਵੇਂ ਕੱਪੜੇ ਪਾ ਕੇ ਤਾਂ ਤੁਰਿਆ ਫਿਰਦਾ ਜਾਂਦਾ ਨਾ। UP ਦਾ ਹੈਗਾ ਆਪਣੇ ਉਹ ਮਿਲਿਆ ਚੀਫ ਮਿਨਿਸਟਰ, ਭਗਵੇਂ ਕੱਪੜੇ ਦੇ ਫਲਾਣੇ ਪਾ ਕੇ ਅਤੇ ਪੋਲੀਟਿਕਸ 'ਚ ਹਿੱਸਾ ਲੈਂਦੇ ਨੇ, ਇਹ ਪਖੰਡੀ ਹੈਗੇ ਨੇ। ਅਤੇ ਤੁਸੀਂ ਦੇਖ ਲਓ ਕਿ ਲੋਕ ਕਿੱਦਾਂ ਮਨ ਦੇ ਅੰਨੇ ਹੈਗੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਭਗਵੇਂ ਕੱਪੜੇ ਸਾਧੂਆਂ ਦੇ ਹੁੰਦੇ ਨੇ, ਸਾਧੂ ਪੋਲੀਟਿਕਸ 'ਚ ਨਹੀਂ ਹਿੱਸਾ ਲੈਂਦੇ, ਸਾਧੂਆਂ ਦੀ ਜਾਤੀ ਨਹੀਂ ਹੁੰਦੀ ਕੋਈ ਵੀ। ਉਹਨਾਂ ਪੁੱਛੇ ਕਿਹੜੀ ਕੀ ਜਾਤ ਹੈਗੀ, ਉਹ ਕਹਿੰਦੇ ਸਾਧੂ ਵੀ ਬਣੇ ਅਤੇ ਜਾਤੀ ਮਗਰ ਰਹੇਗੀ। ਉਹਨਾਂ ਨੇ ਇੱਦਾਂ ਪੁੱਛੀਦਾ ਵੀ ਜਨਮ ਕਿਸ ਕਰ ਦਿੱਤਾ ਪਰਮਾਤਮਾ ਨੇ ਤੁਹਾਨੂੰ, ਫਿਰ ਉਹ ਨਹੀਂ ਛਪਾਉਂਦੇ, ਫਿਰ ਦੱਸਣਗੇ ਤੁਹਾਨੂੰ। ਸਾਧ ਸੰਗ ਹਰ ਗੁਣ ਰਮੇ ਉਹਦੇ ਤੁਸੀਂ ਗਾਓ ਰਮੋ ਬਿਨਸੇ ਸਭੇ ਰੋਗ, ਸਾਰੇ ਜਿਹੜੇ ਰੋਗ ਹੈਗੇ ਉਹ ਦੌੜ ਜਾਂਦੇ। ਮਨ ਐਨ ਪ੍ਰਫੁੱਲਤਾ ਯਾਨੀ ਕਿ ਬੜਾ ਖੁਸ਼ ਹੁੰਦਾ ਹੈਗਾ। ਅਤੇ ਇਹ ਇਹਦੀ ਵਿਆਖਿਆ। ਬਾਕੀ ਹੈਗਾ ਜੇ ਤੁਸੀਂ ਪੂਰੀ ਜਾਣਕਾਰੀ ਕਰਨੀ ਕਿ ਪਹਿਲਾਂ ਬਾਈਬਲ ਦਾ ਜਿਹੜਾ ਨਾ ਨਿਊ ਟੈਸਟਾਮੈਂਟ ਉਹ ਪੜ੍ਹੋ, ਉਹ ਤੁਹਾਨੂੰ ਜਿਹੜਾ ਹੈਗਾ ਨਾ ਛੋਟੇ ਸਤਿਗੁਰੂ ਦਾ ਹੈਗਾ ਉਹ, ਇਹ ਸਤਿਗੁਰੂ ਨਾਨਕ ਦੇਵ ਜੀ ਸੈਕਿੰਡ ਕਮਿੰਗ ਆਫ ਜੀਜ਼ ਹੈਗੇ ਨੇ, ਇਹ ਸਭ ਤੋਂ ਵੱਡੇ ਹੈਗੇ ਨੇ। ਇਸ ਕਰਕੇ ਪਹਿਲਾਂ ਛੋਟੇ ਦੀ ਬਾਰੀ ਪੜ੍ਹੋ, ਜੇ ਉਹ ਸਮਝ ਆ ਗਈ ਤਾਂ ਫਿਰ ਵੱਡੇ ਦੀ ਵੀ ਸਮਝ ਆ ਗਈ। ਨਿਊ ਟੈਸਟਮੈਂਟ ਪੜ੍ਹਨਾ, ਓਲਡ ਨਹੀਂ ਪੜ੍ਹਨਾ। ਓਲਡ ਦਾ ਵੀ ਤੁਸੀਂ ਜੇ ਹਿੰਦੂ ਦਾ ਤਾਂ ਉਹ ਇੱਕੋ ਚੀਜ਼ ਹੈਗੀ, ਜਿਹੜਾ ਓਲਡ ਹੈਗਾ ਹਿੰਦੂਆਂ ਲਈ ਵੀ ਹੈਗਾ ਉਹ ਸੇਮ ਥਿੰਗ, ਸ਼ਾਸਤਰ ਜੋ ਲਿਖਿਆ ਉਹ ਵੀ ਉੱਥੇ ਲਿਖਿਆ।